ਸੇਵਾ ਕਰਨ ਵਾਸਤੇ ਮੈਨੂੰ ਮੁੱਖ ਮੰਤਰੀ ਦਾ ਅਹੁਦਾ ਬਖਸ਼ੋ।
ਬਖਸ਼ਣੀਆਂ ਸਮਾਜ ਦੀ ਸੇਵਾ ਕਰਨ ਦੀ ਤਾਕਤ ਬਖਸ਼ਣੀ, ਚੜ੍ਹਦੀ ਕਲਾ ਬਖਸ਼ਣੀ, ਨੇਕ ਰਾਹ 'ਤੇ ਚਲਾਉਣਾ ਮੇਰੇ ਮਾਲਕ ਜੀਓ, ਚੜ੍ਹਦੀਆਂ ਕਲਾ ਦੇ ਨਾਲ ਹਰ ਕਾਰਜ ਵਿੱਚ ਸਹਾਈ ਹੋਇਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀਆਂ ਦੇ ਹਜ਼ੂਰ ਆਪ ਜੀ ਨੂੰ ਸਮੁੰਦਰ ਰੁਮਾਲੇ ਭੇਟ ਕੀਤੇ ਗਏ, ਦਰ ਪ੍ਰਵਾਨ ਕਰਦੇ, ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ, ਤਿਲ ਫੁਲ ਕੀਤਾ ਹੋਇਆ ਭੇਟਾ ਦਰ ਪ੍ਰਵਾਨ ਕਰਨਾ, ਨੇਕ ਅਤੇ ਚੰਗੇ ਕਾਰਜ ਕਰਾਉਣਾ, ਲੋੜਵੰਦ ਗਰੀਬਾਂ ਦੀ ਸਹਾਇਤਾ ਕਰਾਉਣੀ। ਕਰੋ ਕਿਰਪਾ ਦੇ ਪਾਤਸ਼ਾਹ ਜੀ, ਜਿਤਨੀ ਵਿਆਸ ਵਕਤ ਸੰਗਤ ਹਾਜ਼ਰ ਹੈ, ਸਭਨਾਂ ਨੂੰ ਆਪਣੇ ਘਰੋਂ ਅਲਾਹੀ ਅਤੇ ਅਟਲ ਹੁਕਮਨਾਮਾ ਸਾਹਿਬ ਸੁਣਾ ਕਰਕੇ ਨਿਹਾਲ ਕਰੋ, ਹੁਕਮਨਾਮਾ ਸਾਹਿਬ ਦੇ ਚੱਲਣ ਦੀ ਆਗਿਆ ਬਖਸ਼ੋ, ਅਖਰ ਵਾਧਾ ਘਾਟਾ ਭੁੱਲ ਮਾਫ਼ ਕਰਨਾ, ਸਰਬੰਧ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਮੇਰਾ ਨਾਮ ਜੇ ਤਿਆਵੇ। ਦੋ ਦਿਨ ਤੇ ਰਾਖੋ ਪ੍ਰਭੂ ਨਾਨਕ ਦੇਵ।
ਉਹਨਾਂ ਨੂੰ ਲਿਆ ਗਿਆ ਹੈ ਉਹ ਪੈਸੇ ਸਾਡੇ ਪੈਸੇ ਸਿੱਧੇ ਸਿੱਧੇ
ग्राफ्टर आएगा, ग्राफ्टर पे क्या करेंगे?